ਹੈਲੋ ਜੀ, ਸਲਾਮ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਦੀ। ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਦੇਖ ਲਿਆ ਆ ਤੇ ਸੱਚੀ ਗੱਲ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਬੜੀ ਮੁਸੀਬਤ 'ਚ ਫਸੇ ਹੋਏ ਹਾਂ ਜਾਂ ਹਮੇਸ਼ਾ ਡਿਪਰੈਸ਼ਨ 'ਚ ਰਹਿੰਦੇ ਹਾਂ ਜਾਂ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ, ਸਾਨੂੰ ਸਕੂਨ ਨਹੀਂ ਮਿਲਦਾ, ਆਰਾਮ ਨਹੀਂ ਮਿਲਦਾ, ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ। ਜਿਹੜੇ ਪੀਰਾਂ ਫਕੀਰਾਂ ਨੂੰ ਮੰਨਦੇ ਨੇ, ਜਿਹੜੇ ਦਰਬਾਰਾਂ 'ਤੇ ਜਾਂਦੇ ਨੇ, ਮੱਥਾ ਟੇਕਦੇ ਨੇ ਵੀਰਵਾਰ ਦੀ ਵੀਰਵਾਰ, ਜਾਂ ਕਦੇ ਵੀ ਅੱਗੇ ਪਿੱਛੇ ਥੋੜ੍ਹਾ ਜੀ ਕਰਦਾ ਨੇ, ਕੋਧਰ ਜਾਂਦੇ ਹੋ ਜਾਂ ਕਿਤੇ ਵੀ ਦਰਬਾਰ ਤੁਸੀਂ ਜਾਂਦੇ ਹੋ, ਤਾਂ ਤੁਹਾਡੇ ਵਾਸਤੇ ਇਹ ਵੀਡੀਓ ਆ ਕਿ ਤੁਸੀਂ ਕੀ ਕਰਨਾ ਆ। ਵੀਰਵਾਰ ਨੂੰ, ਵੀਰਵਾਰ ਵਾਲੇ ਦਿਨ ਤੁਸੀਂ ਜਦੋਂ ਦਰਬਾਰ ਜਾਂਦੇ ਹੋ, ਚਾਹੇ ਤੁਸੀਂ ਨਕੋਦਰ ਜਾਂਦੇ ਹੋ ਜਾਂ ਤੁਸੀਂ ਕਿਸੇ ਵੀ ਆਪਣੇ ਏਰੀਏ ਦੇ ਦਰਬਾਰ 'ਚ ਜਾਂਦੇ ਹੋ ਜਾਂ ਕਿਸੇ ਵੀ ਪੀਰਾਂ ਦੇ ਦਰਬਾਰ 'ਚ ਜਾਂਦੇ ਹੋ ਨਾ, ਤੁਸੀਂ ਉੱਥੇ ਜਾ ਕੇ ਇੱਕੋ ਕੰਮ ਕਰਨਾ, ਬਿਨਾਂ ਮਤਲਬ ਤੋਂ, ਬਿਨਾਂ ਕੁਛ ਮੰਗੇ, ਮਤਲਬ ਇਹ ਸੋਚ ਕੇ ਨਹੀਂ ਕਰਨਾ ਕਿ ਮੈਂ ਇਹ ਤਾਂ ਕਰ ਰਿਹਾ ਸਾਈਂ ਜੀ ਮੇਰਾ ਇਹ ਕੰਮ ਬਣ ਜਾਵੇ। ਬਿਨਾਂ ਮਤਲਬ ਤੋਂ, ਦਿਲੋਂ ਪਿਆਰ ਨਾਲ ਤੁਸੀਂ ਇਹ ਕੰਮ ਕਰਨਾ ਆ। ਤੁਹਾਡੇ ਕੋਲ ਰੁਮਾਲ ਹੋਊਗਾ, ਤੁਹਾਡੇ ਕੋਲ ਪਰਨਾ ਹੋਊਗਾ, ਕੋਈ ਵੀ ਕੱਪੜਾ ਤੁਹਾਡੇ ਕੋਲ ਕੋਈ ਛੋਟਾ ਹੋਵੇ, ਤੁਸੀਂ ਉਸ ਦਰਬਾਰ ਦੇ ਵਿੱਚ ਕੋਈ ਵੀ ਕਿਸੇ ਕੋਰਨਰ ਦੇ ਵਿੱਚ, ਕਿਸੇ ਕੋਨੇ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਇੱਥੇ ਇਹ ਕੰਮ ਕਰ ਸਕਦਾ ਹਾਂ, ਤੁਸੀਂ ਆਪਣੇ ਵੱਲੋਂ ਉਸ ਦਰਬਾਰ 'ਤੇ ਪੋਚਾ ਮਾਰ ਦਿਓ। ਜੇ ਜ਼ਮੀਨ 'ਤੇ ਤੁਸੀਂ ਬਸ ਕੱਪੜਾ ਲਓ, ਜ਼ਮੀਨ ਨੂੰ ਸਾਫ਼ ਕਰ ਦਿਓ, ਕੋਈ ਲੱਗਦਾ ਕਿ ਮਿੱਟੀ ਘੱਟਾ ਪਿਆ ਉਹਨੂੰ ਸਾਫ਼ ਕਰ ਦਿਓ। ਕਹਿਣ ਦਾ ਮਤਲਬ ਇਹ ਆ ਕਿ ਝਾੜੂ ਫੇਰਨ ਵਾਲਾ ਕੰਮ, ਜਿਵੇਂ ਝਾੜੂ ਦੀ ਸੇਵਾ ਹੁੰਦੀ ਨਾ, ਉਹ ਕੰਮ ਤੁਸੀਂ ਆਪਣੇ ਮਨ ਨਾਲ, ਆਪਣੇ ਦਿਲ ਨਾਲ, ਪਿਆਰ ਨਾਲ, ਆਪਣੇ ਵੱਲੋਂ ਕਿਸੇ ਨੂੰ ਦੱਸੇ ਬਿਨਾਂ ਕਰਨਾ। ਕਿ ਤੁਸੀਂ ਦਰਬਾਰ ਗਏ ਹੋ, ਮੰਨ ਲਓ ਨਕੋਦਰ ਦਰਬਾਰ ਤੁਸੀਂ ਗਏ ਹੋ, ਵਿਹੜੇ 'ਚ ਬੈਠੇ ਹੋ, ਤੁਹਾਡੇ ਕੋਲ ਪਰਨਾ ਆ, ਤੁਹਾਡੇ ਕੋਲ ਰੁਮਾਲ ਆ, ਉਹ ਕੱਢਿਆ, ਉੱਥੇ ਫਰਸ਼ 'ਤੇ ਫਿਰਨ ਲੱਗ ਗਏ, ਬਸ ਕੁਛ ਮੰਗਣਾ ਨਹੀਂ। ਜਦੋਂ ਵੀ ਵੀਰਵਾਰ ਜਾਣਾ, ਇਹ ਕੰਮ ਕਰੋ, ਤੁਹਾਡੀ ਸੇਵਾ ਵੀ ਹੁੰਦੀ ਜਾਊਗੀ ਅਤੇ ਜਿਹੜੇ ਤੁਹਾਡੇ ਬੁਰੇ ਵਕਤ ਦੇ ਪੰਨੇ ਨੇ ਉਹ ਸਾਫ਼ ਹੁੰਦੇ ਜਾਣਗੇ। ਅਤੇ ਸਾਈਂ ਜੀ, ਤੁਹਾਡੀ ਆਉਣ ਵਾਲੀ ਜਿਹੜੀ ਜ਼ਿੰਦਗੀ ਦਾ ਟਾਈਮ ਆ, ਉਹਨੂੰ ਸਹੀ ਕਰਦੇ ਜਾਣਗੇ। ਸੋ ਜੇ ਚੰਗੀ ਲੱਗੀ ਗੱਲ ਤਾਂ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰ ਦਿਓ। ਜੈ ਸਾਈਂ ਜੀ ਦੀ।